महाभारत की एक मिथिहासिक कहानी के अनुसार एक बार गुरु द्रोणाचार्य ने अपने स्टूडेंट्स नूं एक बनौटी पंछी की अख ते निशाना लाने लई कहा। सारे दे विच्चों सिर्फ अर्जुन ही सही टारगेट नूं हिट करन दे विच कामयाब होया। उसकी कामयाबी का कारण पुछे जाणते उसने दस्या कि उसका सारा ध्यान सिर्फ पंछी की अख ते सी, इसे करके उसका तीर वज्जे भी जाके सीधा पंछी की अख विच। बाकियां दा ध्यान पंछी की अख तो इलावा उसके आले दुआले दीयां चीजां जिवें कि पंछी दे पिछे आ रहे बदल या समान ते भी जा रहा सी, इस करके उस सही निशाना लाने विच सफल नहीं हो सके। तुसी सोच रहे होंगे कि इस कहानी का तुहाडी सेहत दे नाल की संबंध है, आओ पता करते हैं। सत श्री अकाल जी सारिआं नूं, मैं हाँ तुहाडा अपना डॉक्टर नवदीप सिंह। मोटापे तो मुक्ति वीडियो सीरीज़ के पंजवें एपीसोड सेहत नूं किवें नापिआ जावे दे विच तुहाडा स्वागत। अज तो असी मोटापा घटाउण संबंधी साइंटिफिक अते टैक्निकल नॉलेज देनी शुरू करन जा रहे हैं, तो इस करके सारी वीडियो नूं बहुत ध्यान नाल देखो। हुण असी वापस आउंदे हां उस कहानी ते। जेकर मोटापा घटाउण दे इच्छुक साडे किसी दोस्त नूं इह पुछिआ जावे कि इस वेले उहनां दा भार किन्ना है, तां जवाब हुंदा है कोई पक्का नहीं पता। जे पुछिआ जावे कि उह किन्ना भार घटाउणा चाहुंदे हन, तां इस बारे भी कोई स्पष्ट उत्तर नहीं मिलदा। जेकर इह पुछिआ जावे कि उह किन्ने समें दे विच भार घटाउणा चाहुंदे हन, तां इस चीज़ का भी सैटिस्फैक्टरी आंसर सानू नहीं मिलदा। कहने का की मतलब है कि जेकर तुहाडे मन विच अपनी सेहत प्रति कोई क्लीयर टारगेट या निशाना नहीं है, तो शायद अर्जुन के बाकी साथियों के वांग तुसी भी अपना मोटापा घटाउण दे विच शायद कामयाब ना हो पाओ। किसी भी नवी डाइट नूं फॉलो करन दे हफ्ते बाद ही अपने आप नूं शीशे विच वेख के या दूसरियां तों अपने कटे हुए भार दी हामी भरवाउणा तुहानूं वधिया तां फील करवा सकदा है, पर यह कोई तसली बख्श तरीका नहीं है क्योंकि यह महज अंदाजे हन। ਤੁਹਾਨੂੰ ਇਸ ਗੱਲ ਦੀ ਪੂਰੀ ਸ਼ਿਓਰਿਟੀ ਹੋਣੀ ਚਾਹੀਦੀ ਹੈ ਕਿ ਅੱਜ ਤੁਹਾਡਾ ਭਾਰ ਕਿੰਨਾ ਹੈ, ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ, ਤੇ ਇਸ ਚੀਜ਼ ਦੇ ਲਈ ਤੁਸੀਂ ਕਿੰਨਾ ਸਮਾਂ ਲੈਣਾ ਚਾਹੁੰਦੇ ਹੋ, ਤੁਹਾਡੇ ਕੱਦ ਦੇ ਮੁਤਾਬਿਕ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ, ਯਾਨੀ ਕਿ ਤੁਹਾਡੇ ਆਈਡੀਅਲ ਵੇਟ ਬਾਰੇ ਤਾਂ ਅਸੀਂ ਪਹਿਲਾਂ ਹੀ ਇਸ ਸੀਰੀਜ਼ ਦੇ ਤੀਸਰੇ ਐਪੀਸੋਡ ਦੇ ਵਿੱਚ ਗੱਲ ਕਰ ਚੁੱਕੇ ਹਾਂ, ਜਿੱਥੇ ਅਸੀਂ ਰੋਬਿਨਸਨ ਫਾਰਮੂਲਾ ਵਾਲੇ ਚਾਰਟ ਦੀ ਮਦਦ ਲਈ ਸੀ। ਇਸ ਵਾਰ ਵੀ ਉਸਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ, ਪਰ ਅਸੀਂ ਇੱਕ ਸਵਾਲ ਅਧੂਰਾ ਛੱਡ ਗਏ ਸੀ। ਸਵਾਲ ਸੀ ਕੀ ਤੁਹਾਡਾ ਕੁੱਲ ਸਰੀਰਕ ਵਜ਼ਨ ਤੁਹਾਡੀ ਸਿਹਤ ਨੂੰ ਨਾਪਣ ਦਾ ਸਭ ਤੋਂ ਵਧੀਆ ਤਰੀਕਾ ਹੈ? ਉਸਦਾ ਜਵਾਬ ਹੈ ਨਹੀਂ। ਪਰ ਮੈਂ ਇੰਜ ਕਿਉਂ ਕਹਿ ਰਿਹਾ ਹਾਂ, ਇਸ ਦਾ ਪਤਾ ਕਰਨਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਲਈ ਮੈਂ ਤੁਹਾਨੂੰ ਦੋ ਸਵਾਲ ਪੁੱਛਾਂਗਾ, ਇੱਕ ਸੌਖਾ ਤੇ ਦੂਸਰਾ ਥੋੜਾ ਜਿਹਾ ਔਖਾ। ਪਹਿਲਾ ਸਵਾਲ, ਜੇਕਰ ਮੈਂ ਆਪਣੇ ਖੱਬੇ ਹੱਥ ਦੇ ਵਿੱਚ 1 ਕਿਲੋ ਰੂੰ ਫੜੀ ਹੋਵੇ ਤੇ ਸੱਜੇ ਦੇ ਵਿੱਚ 1 ਕਿਲੋ ਲੋਹਾ, ਤਾਂ ਦੋਵਾਂ ਦੇ ਵਿੱਚੋਂ ਕਿਹੜੀ ਚੀਜ਼ ਵੱਧ ਜਗ੍ਹਾ ਘੇਰੇਗੀ? ਉਮੀਦ ਹੈ ਕਿ ਇਸ ਸਵਾਲ ਦਾ ਜਵਾਬ ਤੁਹਾਨੂੰ ਬੜੀ ਆਸਾਨੀ ਨਾਲ ਆਉਂਦਾ ਹੋਵੇਗਾ। ਹੁਣ ਚੱਲਦੇ ਹਾਂ ਅਸੀਂ ਦੂਸਰੇ ਸਵਾਲ ਵੱਲ, ਜੋ ਕਿ ਇੱਕ ਐਗਜ਼ਾਮਪਲ ਦੇ ਰੂਪ ਵਿੱਚ ਹੈ। ਮਹੇਸ਼ ਅਤੇ ਰਣਵੀਰ ਦੋ ਅਜਿਹੇ ਇਨਸਾਨ ਹਨ ਜਿਨ੍ਹਾਂ ਦਾ ਕੱਦ ਅਤੇ ਸਰੀਰਕ ਵਜ਼ਨ ਬਿਲਕੁਲ ਬਰਾਬਰ ਹੈ, ਪਰ ਕੀ ਇੰਝ ਹੋ ਸਕਦਾ ਹੈ ਕਿ ਮਹੇਸ਼ ਦਾ ਢਿੱਡ ਬਾਹਰ ਨੂੰ ਨਿਕਲਿਆ ਹੋਇਆ ਹੈ ਤੇ ਦੂਸਰੇ ਪਾਸੇ ਰਣਵੀਰ ਪਤਲਾ ਤੇ ਫਿੱਟ ਨਜ਼ਰ ਆ ਰਿਹਾ ਹੋਵੇ? ਬਿਲਕੁਲ ਹੋ ਸਕਦਾ ਹੈ। ਸਾਡੀ ਬਾਡੀ ਦਾ ਕੁੱਲ ਵਜ਼ਨ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਸਾਡੇ ਵਿਜ਼ਰਲ ਆਰਗਨਸ, ਮਸਲਸ, ਬੋਨਸ ਯਾਨੀ ਕਿ ਹੱਡੀਆਂ ਤੇ ਬਾਡੀ ਫੈਟ ਨੂੰ ਮਿਲਾ ਕੇ ਬਣਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਸਾਡੇ ਸਰੀਰ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ, ਪਰ ਦੂਸਰੇ ਪਾਸੇ ਚਰਬੀ ਸਿਰਫ ਸਰੀਰ ਦੇ ਵਿੱਚ ਫੁਲਾਵਟ ਤੇ ਬਿਮਾਰੀਆਂ ਪੈਦਾ ਕਰਦੀ ਹੈ। ਹੁਣ ਮੰਨ ਲੈਂਦੇ ਹਾਂ ਕਿ ਇਸ ਐਗਜ਼ਾਮਪਲ ਦੇ ਵਿੱਚ ਦੋਵਾਂ ਦਾ ਭਾਰ 70 ਕਿਲੋ ਹੈ ਤੇ ਕੱਦ ਵੀ ਬਰਾਬਰ ਹਨ, ਫਿਰ ਫਰਕ ਕਿੱਥੇ ਹੈ? ਮਹੇਸ਼ ਦੇ 70 ਕਿਲੋ ਭਾਰ ਦੇ ਵਿੱਚੋਂ 20 ਕਿਲੋ ਭਾਰ ਚਰਬੀ ਦਾ ਹੈ ਅਤੇ ਬਾਕੀ ਬਚਿਆ 50 ਕਿਲੋ ਮੁੱਖ ਤੌਰ ਤੇ ਮਾਸਪੇਸ਼ੀਆਂ ਅਤੇ ਹੋਰ ਚੀਜ਼ਾਂ ਦਾ। ਦੂਸਰੇ ਪਾਸੇ ਰਣਵੀਰ ਦੇ 70 ਕਿਲੋ ਭਾਰ ਦੇ ਵਿੱਚੋਂ ਸਿਰਫ 10 ਕਿਲੋ ਭਾਰ ਚਰਬੀ ਦਾ ਹੈ ਤੇ ਬਾਕੀ 60 ਕਿਲੋ ਮਾਸਪੇਸ਼ੀਆਂ ਅਤੇ ਹੋਰ ਅੰਗਾਂ ਦਾ। ਜੇ ਹਿਸਾਬ ਕਿਤਾਬ ਲਗਾਇਆ ਜਾਵੇ ਤਾਂ ਮਹੇਸ਼ ਦੇ ਕੁੱਲ ਭਾਰ ਦੇ ਵਿੱਚੋਂ ਲਗਭਗ 28% ਭਾਰ ਚਰਬੀ ਕਰਕੇ ਹੈ ਤੇ ਦੂਸਰੇ ਪਾਸੇ ਰਣਵੀਰ ਦੇ ਕੁੱਲ ਭਾਰ ਦੇ ਵਿੱਚੋਂ ਸਿਰਫ 16% ਭਾਰ ਚਰਬੀ ਕਰਕੇ ਹੈ, ਯਾਨੀ ਕਿ ਲਗਭਗ ਅੱਧੀ ਚਰਬੀ। ਅਸੀਂ ਸਭ ਜਾਣਦੇ ਹਾਂ ਕਿ 1 ਕਿਲੋ ਰੂੰ ਤੇ 1 ਕਿਲੋ ਲੋਹੇ ਦੇ ਵਿੱਚੋਂ ਰੂੰ ਹੀ ਵੱਧ ਜਗ੍ਹਾ ਘੇਰਦੀ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਚਰਬੀ ਵੀ ਰੂੰ ਦੇ ਵਾਂਗ ਵੱਧ ਜਗ੍ਹਾ ਘੇਰਦੀ ਹੈ ਤੇ ਦੂਸਰੇ ਪਾਸੇ ਮਾਸਪੇਸ਼ੀਆਂ ਲੋਹੇ ਦੇ ਵਾਂਗ ਸੰਘਣੀਆਂ ਹੁੰਦੀਆਂ ਹਨ, ਇਸ ਕਰਕੇ ਮਜ਼ਬੂਤੀ ਦੇਣ ਦੇ ਨਾਲ ਨਾਲ ਉਹ ਘੱਟ ਜਗ੍ਹਾ ਘੇਰਦੀਆਂ ਹਨ। ਸੋ ਮਹੇਸ਼ ਦੇ ਸਰੀਰ ਵਿੱਚ ਚਰਬੀ ਜ਼ਿਆਦਾ ਸੀ, ਚਰਬੀ ਦੇ ਵਿੱਚ ਫੁਲਾਵਟ ਹੁੰਦੀ ਹੈ ਤੇ ਉਹ ਵੱਧ ਜਗ੍ਹਾ ਘੇਰਦੀ ਹੈ, ਇਸੇ ਕਰਕੇ ਉਸਦਾ ਢਿੱਡ ਬਾਹਰ ਨੂੰ ਆ ਰਿਹਾ ਸੀ। ਦੂਸਰੇ ਪਾਸੇ ਰਣਵੀਰ ਦੇ ਸਰੀਰ ਦੇ ਵਿੱਚ ਮਹੇਸ਼ ਤੋਂ ਲਗਭਗ ਅੱਧੀ ਚਰਬੀ ਸੀ ਤੇ ਜ਼ਿਆਦਾ ਮਾਸਪੇਸ਼ੀਆਂ ਸਨ, ਤੇ ਮਾਸਪੇਸ਼ੀਆਂ ਸਾਨੂੰ ਪਤਾ ਹੈ ਕਿ ਸੰਘਣੀਆਂ ਹੁੰਦੀਆਂ ਹਨ ਅਤੇ ਘੱਟ ਜਗ੍ਹਾ ਘੇਰਦੀਆਂ ਹਨ, ਇਸੇ ਕਰਕੇ ਰਣਵੀਰ ਬਿਲਕੁਲ ਫਿੱਟ ਨਜ਼ਰ ਆ ਰਿਹਾ ਸੀ। ਜੇਕਰ ਤੁਹਾਨੂੰ ਸਾਡੀ ਉਦਾਹਰਣ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਇਸ ਤਰ੍ਹਾਂ ਦੀਆਂ ਦਿਲਚਸਪ ਉਦਾਹਰਣਾਂ ਦਾ ਸਿਲਸਿਲਾ ਅੱਗੇ ਵੀ ਚੱਲਦਾ ਰਹੇ। ਹੁਣ ਤੱਕ ਤੁਹਾਨੂੰ ਇਹ ਗੱਲ ਤਾਂ ਸਮਝ ਆ ਗਈ ਹੋਵੇਗੀ ਕਿ ਸਰੀਰ ਦਾ ਕੁੱਲ ਵਜ਼ਨ ਸਾਡੀ ਸਿਹਤ ਨੂੰ ਨਾਪਣ ਦਾ ਕੋਈ ਬਹੁਤਾ ਵਧੀਆ ਤਰੀਕਾ ਨਹੀਂ ਹੈ। ਹੁਣ ਸਵਾਲ ਹੈ ਕਿ ਸਭ ਤੋਂ ਵਧੀਆ ਤਰੀਕਾ ਫਿਰ ਕਿਹੜਾ ਹੈ? ਸਾਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਵਿੱਚ ਜਮ੍ਹਾਂ ਹੋਈ ਫਾਲਤੂ ਚਰਬੀ ਹੀ ਸਾਡੇ ਮੋਟਾਪੇ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ।
सो सानू किसी तरीके दे नाल ए पता करना चाहिए है कि साडी बॉडी का किन्ने प्रतिशत भार चर्बी करके है। हुण जेकर तुहाडे बैली बटन या धुनी दे लैवल दे उपर ढिड का घेरा लिया जाए तो यह शरीर के जमा हुई चर्बी का बहुत ही वधिया इंडिकेटर या सूचक है। जेकर यह घट रहा है तो समझ लो कि शरीर के चर्बी भी घट रही है। पर जेकर असी एग्जैक्टली यह पता करना हो कि बॉडी फैट परसेंटेज कितना है तो उसका तरीका की है, इस दे लई तुसी bodyfatcalculator.net नाम की एक वैबसाइट खोलनी है जिसका लिंक मैं डिस्क्रिप्शन दिता है। तुसी पहला मीट्रिक यूनिट वाली टैब पर क्लिक करना है। हुण इस विच अपनी उम्र, कुल वजन अते सेंटीमीटर दे विच अपने गले, पेट अते हिप्स दा घेरा टाइप करके कैलकुलेट बटन दे क्लिक करना है। तुहानूं अपने बॉडी फैट दा पता लग जाएगा। पंजाब दे लोकां दी खुराक दे हिसाब नाल जे चलिया जावे तां जेकर ए बॉडी फैट परसेंटेज मेल्स दे विच 20% तों घट अते फीमेल्स दे विच 30% तों घट है तां मोटापे तों पैदा होण वालियां बहुत सारियां बीमारियां दा खतरा घट जांदा है। हुण आखरी ते सब तों जरूरी गल जिस दे विच अक्सर बहुत सारे दोस्त गलती करदे हन, ਉਹ ਹੈ ਕਿ ਅਸੀਂ ਆਪਣੀ ਬੋਡੀ ਦੇ ਵਿੱਚ ਆ ਰਹੇ ਚੇਂਜਸ ਨੂੰ ਕਿੰਨੀ ਦੇਰ ਬਾਅਦ ਨਾਪਣਾ। ਮੰਨ ਲਓ ਕਿ ਤੁਸੀਂ ਕਿਸੇ ਅਜਿਹੇ ਪਿੰਡ ਜਾਣਾ ਹੈ ਜਿਸ ਦੇ ਰਸਤੇ ਬਾਰੇ ਤੁਹਾਨੂੰ ਨਹੀਂ ਪਤਾ। ਹੁਣ ਜੇਕਰ ਤੁਸੀਂ ਕੋਈ ਗਲਤ ਮੋੜ ਮੁੜ ਗਏ ਤੇ ਬਿਨਾਂ ਕਿਸੇ ਨੂੰ ਪੁੱਛੇ ਉਸੇ ਰਸਤੇ ਚੱਲਦੇ ਰਹੇ ਤਾਂ ਸ਼ਾਇਦ ਤੁਸੀਂ ਆਪਣੀ ਮੰਜ਼ਿਲ ਤੋਂ ਬਹੁਤ ਦੂਰ ਨਿਕਲ ਜਾਓ। ਤੇ ਦੂਸਰੇ ਪਾਸੇ ਜੇ ਤੁਸੀਂ ਹਰ ਰਾਹਗੀਰ ਨੂੰ ਰੁਕ ਕੇ ਰਸਤਾ ਹੀ ਪੁੱਛਦੇ ਰਹੇ ਤਾਂ ਸ਼ਾਇਦ ਤੁਸੀਂ ਆਪਣੀ ਮੰਜ਼ਿਲ ਤੇ ਕਿਤੇ ਪਹੁੰਚ ਹੀ ਨਾ ਪਾਓ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਆਪਣੀ ਬੋਡੀ ਦੇ ਵਿੱਚ ਆ ਰਹੇ ਚੇਂਜਸ ਨੂੰ ਨਾਪਣ ਲਈ ਨਾ ਤਾਂ ਬਹੁਤ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ ਤੇ ਨਾ ਹੀ ਬਹੁਤਾ ਘੱਟ। ਚਰਬੀ ਘਟਾਉਣ ਦੇ ਮਾਹਰਾਂ ਦੇ ਅਨੁਸਾਰ ਇਹ ਸਮਾਂ ਘੱਟੋ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ ਹੈ। ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਰੋਜ਼ ਇਹ ਚੇਂਜਸ ਨੂੰ ਮੈਜ਼ਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸਹੀ ਨਹੀਂ ਹੈ। ਜਦੋਂ ਤੁਸੀਂ ਮੋਟਾਪੇ ਤੋਂ ਮੁਕਤੀ ਦੀ ਰਣਨੀਤੀ ਦੇ ਅਨੁਸਾਰ ਆਪਣੀ ਖੁਰਾਕ ਸ਼ੁਰੂ ਕਰੋਗੇ ਤਾਂ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਤੁਹਾਡਾ ਭਾਰ ਕਾਫ਼ੀ ਘੱਟ ਸਕਦਾ ਹੈ, ਪਰ ਉਸ ਤੋਂ ਬਾਅਦ ਇਹ ਭਾਰ ਘਟਣ ਦੀ ਰਫ਼ਤਾਰ ਧੀਮੀ ਹੋ ਜਾਂਦੀ ਹੈ। ਕਿਉਂ? ਸਾਡੀ ਬੋਡੀ ਆਪਣੇ ਆਪ ਨੂੰ ਬਚਾਉਣ ਲਈ ਚਰਬੀ ਜਮ੍ਹਾਂ ਕਰਕੇ ਰੱਖਣਾ ਚਾਹੁੰਦੀ ਹੁੰਦੀ ਹੈ, ਜਿਸ ਦੇ ਬਾਰੇ ਅਸੀਂ ਪਹਿਲਾਂ ਹੀ ਇਸ ਸੀਰੀਜ਼ ਦੇ ਦੂਸਰੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ। ਹੁਣ ਸਾਡੇ ਕਈ ਸਾਰੇ ਦੋਸਤ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿੰਨਾ ਉਹਨਾਂ ਦਾ ਪਹਿਲੇ ਹਫ਼ਤੇ ਦੇ ਵਿੱਚ ਭਾਰ ਘਟਿਆ ਉਨਾ ਹੀ ਭਾਰ ਦੂਸਰੇ ਹਫ਼ਤੇ ਦੇ ਵਿੱਚ ਘਟਿਆ, ਅਤੇ ਜਦੋਂ ਇੰਝ ਨਹੀਂ ਹੋ ਪਾਉਂਦਾ ਤਾਂ ਆਪਣੀ ਐਫਰਟਸ ਵਿਚਾਲੇ ਹੀ ਛੱਡ ਦਿੰਦੇ ਨੇ। ਪਰ ਸਾਡਾ ਸਰੀਰ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ ਤੇ ਭਾਰ ਤੋਲਣ ਵੇਲੇ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿੰਨਾ ਤੁਹਾਡਾ ਕਰੰਟ ਵੇਟ ਤੁਹਾਡੇ ਆਈਡੀਅਲ ਵੇਟ ਤੋਂ ਜ਼ਿਆਦਾ ਹੈ ਪਹਿਲੇ ਹਫ਼ਤੇ ਵਿੱਚ ਭਾਰ ਉਨਾ ਹੀ ਜ਼ਿਆਦਾ ਘਟੇਗਾ, ਲਗਭਗ 2-3 ਕਿਲੋ। 100 ਕਿਲੋ ਤੋਂ ਉੱਪਰ ਵਾਲੇ ਲੋਕਾਂ ਦਾ ਭਾਰ ਪਹਿਲੇ ਹਫ਼ਤੇ ਵਿੱਚ 5 ਕਿਲੋ ਵੀ ਘੱਟ ਸਕਦਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹ ਘੱਟ ਰਿਹਾ ਭਾਰ ਸਿਰਫ ਚਰਬੀ ਦਾ ਹੀ ਨਹੀਂ ਹੈ, ਚਰਬੀ ਦੇ ਨਾਲ ਨਾਲ ਸਰੀਰ ਵਿੱਚ ਫਾਲਤੂ ਪਾਣੀ ਅਤੇ ਚਰਬੀ ਨੂੰ ਜਮ੍ਹਾਂ ਕਰਨ ਵਾਲੇ ਸੈਲਸ ਦਾ ਵੀ ਹੁੰਦਾ ਹੈ। ਤੁਹਾਡਾ ਭਾਰ ਕੁਝ ਕਾਰਨਾਂ ਕਰਕੇ ਇੱਕੋਦਮ ਘੱਟ ਜਾਂ ਵੱਧ ਸਕਦਾ ਹੈ, ਜਿਵੇਂ ਕਿ ਜ਼ਿਆਦਾ ਪਾਣੀ ਪੀਣ ਕਰਕੇ, ਖਾਣਾ ਖਾਣ ਕਰਕੇ ਖਾਸਕਰ ਮਿੱਠਾ ਖਾਣ ਕਰਕੇ, ਜਾਂ ਫਿਰ ਟੋਇਲਟ ਜਾਣ ਕਰਕੇ। ਇਸੇ ਕਰਕੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਫ਼ਤੇ ਵਿੱਚ ਇੱਕ ਮਿੱਥੇ ਦਿਨ ਤੜਕੇ ਸਵੇਰੇ ਉੱਠ ਕੇ ਭਾਰ ਤੋਲਣਾ ਚਾਹੀਦਾ ਹੈ। ਜੇਕਰ ਤੁਹਾਡੀ ਖੁਰਾਕ ਮੋਟਾਪੇ ਤੋਂ ਮੁਕਤੀ ਦੀ ਰਣਨੀਤੀ ਅਨੁਸਾਰ ਚੱਲ ਰਹੀ ਹੈ ਤਾਂ ਮੁੱਢਲੇ ਕੁਝ ਹਫ਼ਤਿਆਂ ਤੋਂ ਬਾਅਦ ਹਰ ਹਫ਼ਤੇ ਤੁਹਾਡਾ ਭਾਰ ਘੱਟੋ ਘੱਟ 1/2 ਕਿਲੋ ਤੋਂ ਲੈ ਕੇ 1 ਕਿਲੋ ਤੱਕ ਘਟਣਾ ਚਾਹੀਦਾ ਹੈ। ਜੇਕਰ ਲਗਾਤਾਰ 2 ਹਫ਼ਤੇ ਤੁਹਾਡਾ ਭਾਰ ਨਹੀਂ ਘਟਦਾ, ਸਾਨੂੰ ਖੁਰਾਕ ਜਾਂ ਕਸਰਤ ਦੇ ਵਿੱਚ ਕੁਝ ਅਜਿਹੇ ਬਦਲਾਅ ਕਰਨੇ ਪੈਣਗੇ ਜਿਨ੍ਹਾਂ ਦੇ ਬਾਰੇ ਅਸੀਂ ਅਗਲੇ ਐਪੀਸੋਡਸ ਵਿੱਚ ਚਰਚਾ ਕਰਾਂਗੇ। ਹੁਣ ਆਪਣੀਆਂ ਬੋਡੀ ਦੀਆਂ ਮੈਜ਼ਰਮੈਂਟਸ ਦੇ ਵਿੱਚ ਮਹਾਰਤ ਹਾਸਲ ਕਰਨ ਤੋਂ ਬਾਅਦ ਅਗਲੇ ਐਪੀਸੋਡ ਦੇ ਵਿੱਚ ਅਸੀਂ ਇਹ ਜਾਣਨਾ ਹੈ ਕਿ ਭੌਤਿਕ ਵਿਗਿਆਨ ਦੇ ਕਿਹੜੇ ਲਾਅ ਜਾਂ ਸਿਧਾਂਤ ਨੂੰ ਅਸੀਂ ਆਪਣੀ ਸਿਹਤ ਠੀਕ ਕਰਨ ਲਈ ਵਰਤ ਸਕਦੇ ਹਾਂ ਅਤੇ ਕਿਉਂ ਉਸ ਨੂੰ ਮੋਟਾਪਾ ਘਟਾਉਣ ਦਾ 1 ਰੂਲ ਕਿਹਾ ਜਾਂਦਾ ਹੈ। ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪਲੀਜ਼ ਲਾਈਕ, ਫੋਲੋ ਐਂਡ ਸਬਸਕ੍ਰਾਈਬ। ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ।